गुरदासपुर के शहर धारीवाल विखे दुकानदारा ने आम आदमी पार्टी के हलका इंचार्ज सरदार जगरूप सिंह सेखवां का धन्यवाद किया है। दुकानदारा का कहना है कि जगरूप सिंह सेखवां के यत्ना सदका नगर कौंसल धारीवाल ने दुकानदारा के किराए दे विच कटौती की है, जिस दे लई उह धन्यवाद कर रहे ने। धारीवाल तो राजेश शर्मा की रिपोर्ट, KRT न्यूज नैटवर्क। ਲੰਬੇ ਸਮੇਂ ਤੋਂ ਬੰਦ ਸੀਗੀਆਂ, ਇਹਦਾ ਬਿੱਲ ਵੀ ਕਾਫੀ ਲੱਖਾਂ 'ਚ ਬਕਾਇਆ ਸੀ। ਉਹ ਐਸੀ ਸਾਹਿਬ ਨਾਲ ਗੱਲ ਕਰਕੇ ਬਿੱਲ ਦੀਆਂ ਵੀ ਕਿਸ਼ਤਾਂ ਬੰਦ ਕੀਤੀਆਂ ਗਈਆਂ ਨੇ। ਕੁਝ ਜਿਹੜੀ ਅਮਾਊਂਟ ਆ ਉਹ ਪ੍ਰਧਾਨ ਸਾਹਿਬ ਹੋਣਾ ਨੇ, ਯੂ ਸਾਹਿਬ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਤਾਰ ਕੇ ਕਿਸ਼ਤਾਂ ਬੰਦ ਕੀਤੀਆਂ ਗਈਆਂ ਨੇ, ਤਾਂ ਕਿ ਗਾਂਹ ਨਿਰੰਤਰ ਜਿਹੜੀਆਂ ਨੇ ਲਾਈਟਾਂ ਚੱਲਦੀਆਂ ਰਹਿਣ। ਸਾਰੇ ਵਾਰਡਾਂ 'ਚ ਲਾਈਟਾਂ ਜਗਣਗੀਆਂ ਹੁਣ? ਸਾਰੀਆਂ ਜੀ, ਜਿੰਨੀਆਂ ਸ਼ਹਿਰ 'ਚ ਲਾਈਟਾਂ ਲੱਗੀਆਂ ਨੇ ਸਾਰੇ ਵਾਰਡਾਂ 'ਚ ਜਗਣਗੀਆਂ। ਜਿੱਥੇ ਜਿੱਥੇ ਵੀ ਕੋਈ ਕਮੀ ਆ, ਜਿੱਥੇ ਲਾਈਟਾਂ ਨਹੀਂ ਆ, ਉੱਥੇ ਅਸੀਂ ਸੋਲਰ ਦਾ ਵੀ ਪ੍ਰਬੰਧ ਕਰ ਰਹੇ ਹਾਂ, ਤਾਂ ਕਿ ਸ਼ਹਿਰ ਦੀ ਹਰ ਗਲੀ 'ਚ ਹਰ ਕੋਨੇ 'ਚ ਜਿਹੜੀਆਂ ਲਾਈਟਾਂ ਹੋਣ। ਮੈਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਖਦਾ, ਸਾਰੇ ਸ਼ਹਿਰ ਵਾਸੀਆਂ ਨੂੰ। ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆ ਸਾਡੇ ਧਾਰੀਵਾਲ ਸ਼ਹਿਰ ਵਾਸਤੇ, ਕਿਉਂਕਿ ਕਾਫੀ ਸਮੇਂ ਤੋਂ ਸਾਡਾ ਸ਼ਹਿਰ ਜਿਹੜਾ ਹਨੇਰੇ 'ਚ ਹੀ ਰਾਤ ਨੂੰ ਬੜਾ, ਤੁਹਾਨੂੰ ਪਤਾ ਵਾਰਦਾਤਾਂ ਵੀ ਹੁੰਦੀਆਂ ਸੀ। ਅਸੀਂ ਆਪਣੇ ਜਿਹੜੇ ਆ ਸਾਡੇ ਇੰਚਾਰਜ ਜ਼ਿਲ੍ਹੇ ਦੇ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਦਾ ਬਹੁਤ ਬਹੁਤ ਆਭਾਰੀ ਹਾਂ, ਧੰਨਵਾਦ ਕਰਦੇ ਹਾਂ। ਸਾਰੇ ਕੌਂਸਲ ਸਾਹਿਬਾਨ ਵੀ ਅਤੇ ਸਾਰੇ ਧਾਰੀਵਾਲ ਦੇ ਵਾਸੀ ਵੀ ਜਗਰੂਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਦਿਵਾਲੀ ਦੇ ਅਸੀਂ ਲਾਈਟਾਂ ਜ਼ਰੂਰ ਜਗਾਵਾਂਗੇ, ਅਤੇ ਉਹ ਇਹਨਾਂ ਨੇ ਅੱਜ ਚਾਲੂ ਕਰਤੀਆਂ, ਤਾਂ ਸਾਡਾ ਸਾਰਾ ਸ਼ਹਿਰ ਜਿਹੜਾ ਜਗਮਗ ਹੋ ਗਿਆ। ਅਸੀਂ ਇਹਨਾਂ ਦੇ ਬਹੁਤ ਆਭਾਰੀ ਹਾਂ। ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਵਿਸ਼ਵਾਸ ਦਿਵਾਉਂਦਾ ਵੀ ਸਾਨੂੰ ਬੜੇ ਭਾਗਾਂ ਵਾਲੇ ਅਸੀਂ ਵੀ ਜਿਹੜਾ ਸਾਨੂੰ ਇਹੋ ਜਿਹੇ ਨੇਤਾ ਮਿਲੇ ਆ ਜਗਰੂਪ ਸਿੰਘ ਸੇਖਵਾਂ ਜੀ। ਇਹਨਾਂ ਨੇ ਅੱਜ ਸਾਡੇ ਬੈਠੇ ਦਫ਼ਤਰ ਦੇ ਵਿੱਚ ਇਹਨਾਂ ਦੱਸਿਆ ਵੀ ਅਸੀਂ ਧਾਰੀਵਾਲ ਸ਼ਹਿਰ ਦੀ ਨਗਰ ਦੇ ਵਿੱਚ ਕੋਈ ਗਲੀ ਹਰ ਵਾਰਡ ਦੇ ਵਿੱਚ ਕੱਚੀ ਨਹੀਂ ਰਹਿਣ ਦੇਵਾਂਗੇ, ਉਹਦੇ ਵਾਸਤੇ ਵੀ ਅਸੀਂ ਜਲਦ ਤੋਂ ਜਲਦ ਉਪਰਾਲਾ ਕਰਦੇ ਹੋਏ ਪੈਸੇ ਦੇਵਾਂਗੇ। ਜਿਹੜਾ ਵੀ ਕੋਈ ਕੰਮ ਰਹਿੰਦਾ ਸਾਨੂੰ ਆ ਕੇ ਦੱਸਣ ਵੀ ਆਹ ਵਾਰਡ 'ਚ ਕੋਈ ਕਮੀ ਆ, ਅਸੀਂ ਉਹ ਵੀ ਪੂਰੀ ਕਰਾਂਗੇ। ਸ਼ਹਿਰ ਵਾਸੀ ਸਾਡਾ ਸਾਥ ਦੇਣ ਅਤੇ ਅਸੀਂ ਆਪਣਾ ਸ਼ਹਿਰ ਧਾਰੀਵਾਲ ਨੂੰ ਬਹੁਤ ਸੁੰਦਰ ਅਤੇ ਵਧੀਆ ਬਣਾਵਾਂਗੇ। ਸ਼ਹਿਰ ਵਾਸੀਆਂ 'ਚ ਇੱਕ ਚਰਚਾ ਹੈਗੀ ਆ ਵੀ ਇੱਥੇ ਜਿਹੜੀਆਂ ਨਾ ਜਿੱਦਾਂ ਡੜਵਾ ਰੋਡ ਲਾ ਲਈਏ, ਹੋਰ ਲਾ ਲਈਏ, ਉੱਥੇ ਮਤਲਬ ਵੀ ਜਿਹੜਾ ਨਾ ਨਜਾਇਜ਼ ਕਬਜ਼ੇ ਬੜੇ ਆ ਅਤੇ ਆਵਾਜਾਈ ਦੀ ਬੜੀ ਪ੍ਰੋਬਲਮ ਆ, ਉਹਦੇ ਬਾਰੇ ਕੀ ਕਰ ਰਹੇ? ਦੇਖੋ ਜੀ, ਉੱਥੇ 'ਚ ਥੋੜ੍ਹੀ ਪ੍ਰੋਬਲਮ ਇਹ ਸੀ ਵੀ ਹੁਣ SDO ਸਾਹਿਬ ਸਾਡੇ ਕੋਲ ਇੱਥੇ ਆਏ ਆ, ਸੇਖਵਾਂ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਵੀ ਜਿਹੜੇ ਤੁਹਾਡੇ ਬਲੇ ਲੱਗੇ ਨਾ ਟਰਾਂਸਫਾਰਮਰ ਲੱਗੇ ਆ ਰੋਡ ਦੇ ਉੱਤੇ, ਉਹ ਵੀ ਸਾਈਡ 'ਤੇ ਕਰਨ, ਤਾਂ ਕਿ ਉਹਦੇ ਉਹਦੀ ਆੜ ਦੇ ਵਿੱਚ ਨਾ ਦੁਕਾਨਦਾਰ ਵੀ ਦੁਕਾਨਾਂ ਗਾਂਹ ਕਰਕੇ ਲਾਉਂਦੇ ਸੀ, ਉਹ ਪਿੱਛੇ ਹੋ ਜਾਣਗੀਆਂ ਅਤੇ ਸਾਡੀ ਉਹ ਰੋਡ ਡਡਵਾਂ ਰੋਡ ਵੀ ਖੁੱਲ੍ਹੀ ਹੋ ਜਾਏਗੀ, ਅਤੇ ਬਾਕੀ ਇੱਕ ਰੋਡ ਦੂਸਰੇ ਪੰਨੋਂ ਕੱਢੀ ਆ ਉਹ ਵੀ ਜਲਦ ਤੋਂ ਜਲਦ ਸੇਖਾਂ ਸਾਹਿਬ ਕਹਿੰਦੇ ਵੀ ਅਸੀਂ ਉਹਨੂੰ ਵੀ ਵਧੀਆ ਬਣਾ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਸੀਂ ਇਸ ਗੱਲ 'ਤੇ ਖੁਸ਼ੀ ਹੈ ਸਾਨੂੰ ਕਿ ਜਗਰੂਪ ਸਿੰਘ ਜਿਹੜਾ ਵਾਅਦਾ ਕਰਦਾ ਉਹ ਸਾਡੇ ਨਾਲ ਪੂਰਾ ਉਤਰਦਾ, ਇਹ ਖੁਸ਼ੀ ਹੈ ਸਾਨੂੰ। ਦੂਜਾ, ਸਾਨੂੰ ਗੁਰਦੁਆਰਾ ਸਾਹਿਬ ਆਉਣ ਦੀ ਵੀ ਬੜੀ ਤੰਗੀ ਸੀ, ਲਾਈਟਾਂ ਤੋਂ ਅਸੀਂ ਆਉਂਦੇ ਰਹੇ ਕਿ ਚੋਰੀ ਬੜੀ ਹੁੰਦੀ, ਆਉਂਦੀਆਂ ਜਾਂਦੀਆਂ ਬੀਬੀਆਂ ਦੀਆਂ ਵਾਲੀਆਂ ਲੱਥ ਜਾਂਦੀਆਂ, ਅਤੇ ਅਸੀਂ ਜਾ ਕੇ ਅਤੇ SHO ਸਾਹਿਬ ਦੇ ਅੱਗੇ ਵੀ ਰਿਕੁਐਸਟ ਕਰਦੇ ਹਾਂ ਕਿ ਇੱਥੇ ਥੋੜ੍ਹਾ ਬਹੁਤਾ ਤੁਸੀਂ ਇੱਥੇ ਪਹਿਰਾ ਰੱਖੋ ਕਿ ਇਹ ਕੰਮ ਹੋ ਰਿਹਾ। ਦੂਜੇ ਨੰਬਰ 'ਤੇ ਪ੍ਰਧਾਨ ਸਾਹਿਬ ਨੂੰ ਜਿਹੜਾ ਵੀ ਅੱਜ ਤੱਕ ਕੰਮ ਗਿਆ ਨਾ, ਹੁਣ ਤਾਂ ਸਾਡੀ ਪਾਰਟੀ ਵਿੱਚ ਨੇ, ਜਦੋਂ ਨਹੀਂ ਵੀ ਸਾਂਭਣਾ ਸਾਡੀ ਪਾਰਟੀ ਵਿੱਚ, ਅਤੇ ਜਦੋਂ ਵੀ ਜਾ ਕੇ ਇਹਨਾਂ ਨੂੰ ਕੰਮ ਕਹੀਦਾ ਹੁੰਦਾ ਸੀ, ਇਹਨਾਂ ਅੱਜ ਤੱਕ ਸਾਨੂੰ ਨਾਂਹ ਨਹੀਂ ਸੀ ਕੀਤੀ। ਸਾਨੂੰ ਹੁਣ ਵੀ ਮਾਣ ਇਹਨਾਂ ਦੇ ਉੱਤੇ ਵੀ ਜਿਹੜਾ ਵੀ ਸਾਡਾ ਕੰਮ ਹੋਏਗਾ ਸਾਨੂੰ ਇਹ ਕਿਸੇ ਗੱਲ ਤੋਂ ਵੀ ਮਨੇ ਨਹੀਂ ਕਰਨਗੇ, ਅਤੇ ਜਗਰੂਪ ਸਿੰਘ 'ਤੇ ਇਹ ਮਾਣ ਹੈ ਕਿ ਮੈਂ ਆਪਣੇ ਬੱਚਿਆਂ ਵਾਂਗੂ ਇਹਨੂੰ ਜਾ ਕੇ ਕਹਿ ਦਿੰਦੀ ਹਾਂ ਕਿ ਜਗਰੂਪ ਸਿੰਘ ਆਹ ਕੰਮ ਕਰਨਾ ਹੈ, ਅਤੇ ਉਹ ਕੰਮ ਸਾਡੇ ਪੂਰੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਧਾਰੀਵਾਲ ਨਗਰ ਦੇ ਅੰਦਰ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਲਾਈਟ ਬੰਦ ਪਈ ਦੀ ਸੀ, ਅੱਜ ਸਾਡੇ ਧਾਰੀਵਾਲ ਹਲਕੇ ਦੀ ਸ਼ਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਦੀ ਅਗਵਾਈ ਦੇ ਵਿੱਚ ਧਾਰੀਵਾਲ ਸ਼ਹਿਰ ਜੋ ਜਗਮਗਾਇਆ ਵਾ, ਅਸੀਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਆਭਾਰ ਕਰਦੇ ਹਾਂ, ਅਤੇ ਆਸ਼ਾ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਸਵਰਗੀ ਸੇਵਾ ਸਿੰਘ ਸੇਖਵਾਂ ਜੀ, ਉਹਨਾਂ ਦੇ ਵੀ ਧਾਰੀਵਾਲ ਸ਼ਹਿਰ ਦੇ ਨਾਲ ਆਪਣੇ ਘਰ ਦੀਆਂ ਵਿਧਾਨ ਸਭਾ ਹਲਕੇ ਨਾਲ ਬਹੁਤ ਪਿਆਰ ਸੀ, ਜਿਹੜੇ ਉਹਨਾਂ ਦੇ ਸੁਪਨੇ ਅਧੂਰੇ ਰਹਿ ਗਏ ਨੇ। ਅਸੀਂ ਆਸ ਕਰਾਂਗੇ ਸੇਖਵਾਂ ਸਾਹਿਬ ਕੋਲੋਂ ਕਿ ਉਹ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਸੰਪੂਰਨ ਕਰਨਗੇ, ਅਤੇ ਅੱਜ ਉਹਨਾਂ ਨੂੰ ਵੀ ਸ਼ਾਂਤੀ ਮਿਲੀ ਹੋਏਗੀ ਕਿ ਉਹਨਾਂ ਦੇ ਸਪੁੱਤਰ ਨੇ ਅੱਜ ਬਹੁਤ ਹੀ ਵਧੀਆ ਇੱਕ ਨੇਕ ਕੰਮ ਕਰਕੇ ਧਾਰੀਵਾਲ ਦੀ ਜਨਤਾ ਨੂੰ, ਜੋ ਕਿ ਦੀਵਾਲੀ ਆ ਰਹੀ ਆ, ਇੱਕ ਬਹੁਤ ਅੱਛਾ ਤੋਹਫਾ ਦਿੱਤਾ। ਮੈਂ ਆਮ ਆਦਮੀ ਪਾਰਟੀ ਨੂੰ ਆਪਣਾ ਇੱਕ ਸ਼ਹਿਰ ਦਾ ਨਾਗਰਿਕ ਹੋਣ ਕਰਕੇ ਮੈਂ ਬਹੁਤ ਬਹੁਤ ਵਧਾਈ ਦਿੰਦਾ, ਅਤੇ ਸਾਰੀ ਨਗਰ ਪਾਲਿਕਾ ਨੂੰ ਜਿਹੜਾ ਇਹਨਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਸਤਿ ਸ਼੍ਰੀ ਅਕਾਲ।